ਜੇਕਰ ਤੁਹਾਨੂੰ ਕੋਈ ਜਿਹੜੀ ਬਦਹਾਜ਼ਮੀ ਦੀ ਸ਼ਿਕਾਇਤ ਹੈਗੀ ਜਾਂ ਫਿਰ ਤੁਹਾਨੂੰ ਜਿਹੜਾ ਚਮੜੀ ਦੀ ਸੰਬੰਧੀ ਕੋਈ ਜਿਹੜੀ ਪ੍ਰੋਬਲਮ ਹੈਗੀ ਹੈਗੀ ਜਾਂ ਵਾਲਾਂ ਦਾ ਛੇਤੀ ਚਿੱਟਾ ਹੋਣ ਦੀ ਪ੍ਰੋਬਲਮ ਹੈਗੀ ਹੈਗੀ, ਇਹਨਾਂ ਚੀਜ਼ਾਂ ਦਾ ਜਿਹੜਾ ਛੋਟਾ ਜਿਹਾ ਹੱਲ ਇਹ ਬੂਟਾ ਹੈਗਾ ਜੀ। ਹੰਡਿਆ ਵਰਤਿਆ ਜਿਹੜਾ, ਯਾਨੀ ਕਿ ਇਹਨੂੰ ਲੋਕਾਂ ਨੇ ਇਹਦੇ 'ਤੇ ਕਾਫੀ ਤਜਰਬੇ ਵੀ ਕੀਤੇ ਹੋਏ ਆ, ਆਪਣੇ ਆਪ ਦੇ ਵੀ ਜਿਹੜੇ ਇਹਦੇ 'ਤੇ ਤਜਰਬੇ ਹੈਗੇ ਹੈਗੇ। ਸਿਰਫ 3 ਤੋਂ 4 ਪੱਤੇ ਦੇ ਤੁਸੀਂ ਸਵੇਰੇ ਵੇਲੇ ਖਾਣਾ ਖਾਣ ਤੋਂ ਪਹਿਲਾਂ ਜਿਹੜੇ ਖਾ ਲੈਣੇ ਹੈਗੇ। ਖਾਣ ਦੇ ਵਿੱਚ ਵੀ ਕੋਈ ਆਪਾਂ ਕਹਿ ਲਈਏ ਕੌੜੇ ਨਹੀਂ ਹੈਗੇ, ਮਿੱਠੇ ਨਿੰਮ ਦੇ ਨਾਲ ਨਾਲ ਜਾਣਿਆ ਜਾਂਦਾ ਇਹ। ਅਤੇ ਇਹਨੂੰ ਕੜੀ ਪੱਤਾ ਜਿਹੜਾ ਕਿਹਾ ਜਾਂਦਾ ਹੈਗਾ, ਜਿਹੜਾ ਸਾਊਥ ਇੰਡੀਆ ਦੇ ਵਿੱਚ ਹਰੇਕ ਜਿਹੜੀ ਉਹਨਾਂ ਦੀ ਖਾਣ ਵਾਲੀ ਚੀਜ਼ ਹੈਗੀ, ਖਾਣ ਪਦਾਰਥ ਹੈਗੇ ਨੇਗੇ, ਉਹਨਾਂ ਦੇ ਵਿੱਚ ਇਹਨੂੰ ਇਹ ਵਰਤਦੇ ਨੇ। ਕੜੀ ਪੱਤੇ ਨੂੰ ਤੜਕਾ ਲਾਉਣ ਸਮੇਂ ਇਹਨੂੰ ਸੁਕਾ ਕੇ ਰੱਖਦੇ ਨੇ, ਕੱਚਾ ਵੀ ਖਾਂਦੇ ਨੇ, ਅਤੇ ਇਹਨੂੰ ਜਿਹੜਾ ਕਾਫੀ ਸਾਰੀਆਂ ਸਬਜ਼ੀਆਂ ਦੇ ਵਿੱਚ ਵੈਸੇ ਵੀ ਪਾਇਆ ਜਾਂਦਾ ਹੈਗਾ। ਅਤੇ ਇਹਦਾ ਜਿਹੜਾ ਮੇਨ, ਇਹਦੇ ਵਿੱਚ ਐਂਟੀਆਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ, ਵਿਟਾਮਿਨ ਸੀ ਕਾਫੀ ਮਾਤਰਾ ਦੇ ਵਿੱਚ ਹੁੰਦੀ ਹੈਗੀ। ਇਸ ਕਰਕੇ ਜਦੋਂ ਵੀ ਆਪਾਂ ਇਹਨੂੰ ਨਿਰਣੇ ਕਾਲਜੇ ਖਾਂਦੇ ਹਾਂ ਤਾਂ ਜਿਹੜਾ ਆਪਣੇ ਹਾਜ਼ਮੇ ਨੂੰ ਠੀਕ ਕਰਦਾ ਜੀ, ਕੋਈ ਇੱਦਾਂ ਦੀ ਆਪਾਂ ਨੂੰ ਜਿਹੜੀਆਂ ਬਦ ਹਾਜ਼ਮੀ ਦੀਆਂ ਸਮੱਸਿਆਵਾਂ ਨੇ ਉਹਨਾਂ ਤੋਂ ਜਿਹੜਾ ਆਪਾਂ ਨੂੰ ਇਹ ਛੁਟਕਾਰਾ ਦਵਾਉਂਦਾ ਹੈਗਾ। ਇਹ ਬੂਟਾ ਲਾਉਣ ਦਾ ਸਮਾਂ ਜਿਹੜਾ ਤੁਸੀਂ ਇਹਨੂੰ ਫਰਵਰੀ ਮਾਰਚ ਦੇ ਵਿੱਚ ਲਾ ਸਕਦੇ ਹੋ ਜਾਂ ਫਿਰ ਇਸ ਸਮੇਂ ਅਗਸਤ ਸਤੰਬਰ ਦੇ ਵਿੱਚ ਇਹਨੂੰ ਤੁਸੀਂ ਲਾ ਸਕਦੇ ਹੋਗੇ। ਕਾਫੀ ਆਸਾਨੀ ਨਾਲ ਹੋ ਜਾਣ ਵਾਲਾ ਬੂਟਾ ਜੀ, ਅਤੇ ਰੋਜ਼ ਦੀ ਵਰਤੋਂ ਦੇ ਵਿੱਚ ਆਉਣ ਵਾਲਾ ਬੂਟਾ, ਜ਼ਿਆਦਾ ਜਗ੍ਹਾ ਨਹੀਂ ਰੋਕਦਾ, ਗਮਲੇ ਦੇ ਵਿੱਚ ਵੀ ਤੁਸੀਂ ਲਾ ਸਕਦੇ ਹੋ, ਜੇਕਰ ਮਿੱਟੀ 'ਚ ਲਾਉਂਗੇ ਤਾਂ ਵੀ ਜਿਹੜਾ ਕਾਮਯਾਬ ਆ ਅਤੇ ਗਮਲੇ ਦੇ ਵਿੱਚ ਵੀ ਕਾਮਯਾਬ ਹੈਗਾ ਜੀ। ਇਸ ਲਈ ਜਿਹੜਾ ਇਹ ਬੂਟਾ ਲਾਉਣ ਵੇਲੇ ਤੁਸੀਂ 2-4 ਚੀਜ਼ਾਂ ਦਾ ਧਿਆਨ ਰੱਖਣਾ ਕਿ ਇਹਨੂੰ ਇਹੋ ਜਿਹੀ ਜਗ੍ਹਾ 'ਤੇ ਲਾਉਣਾ ਜਿੱਥੇ ਪਾਣੀ ਜ਼ਿਆਦਾ ਨਾ ਪੈਂਦਾ ਹੋਵੇ, ਜ਼ਿਆਦਾ ਪਾਣੀ ਬੂਟੇ ਦਾ ਨੁਕਸਾਨ ਕਰਦਾ ਜੀ। ਅਤੇ ਜੇਕਰ ਤੁਸੀਂ ਗਮਲੇ ਦੇ ਵਿੱਚ ਲਾਉਣਾ ਗਾ ਤਾਂ ਤੁਸੀਂ ਰੇਤਾਰ ਲਾ ਲਓ, 19 ਮਿੱਟੀ ਲਾ ਲਓ, ਅਤੇ ਕੁਛ ਹਿੱਸਾ ਜਿਹੜਾ ਉਹਦੇ ਵਿੱਚ ਵਰਮੀ ਕੰਪੋਸਟਰ ਲਾ ਲਓ, ਵਰਮੀ ਕੰਪੋਸਟ ਯਾਨੀ ਕਿ ਗੰਡੋਇਆਂ ਵਾਲੀ ਖਾਦ, ਇਹ 3-4 ਚੀਜ਼ਾਂ ਨੂੰ ਰਲਾ ਕੇ ਭਰੋ ਅਤੇ ਉਹਦੇ ਵਿੱਚ ਬੂਟਾ ਲਾਓ, ਬੂਟਾ ਵਧੀਆ ਤਰੀਕੇ ਨਾਲ ਚੱਲੂਗਾ ਜੀ। ਕਿਸੇ ਵੀ ਖਾਦ ਖੁਰਾਕ ਦੀ ਇਹਨੂੰ ਕੋਈ ਖਾਸ ਜ਼ਰੂਰਤ ਨਹੀਂ ਹੁੰਦੀ ਕਿ ਨੋਰਮਲ ਬੂਟਾ ਜੀ, ਆਪਾਂ ਕਹਿ ਲਈਏ ਵੀ ਇਹਨੂੰ ਕੋਈ ਯੂਰੀਆ ਵਗੈਰਾ ਜਾਂ ਕੋਈ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ, ਕੋਈ ਬਿਮਾਰੀ ਨਹੀਂ ਆਉਂਦੀ ਇਹਦੇ ਉੱਪਰ। ਅਤੇ ਇਸ ਸਮੇਂ ਤੁਸੀਂ ਜਿਵੇਂ ਇਹਦੇ ਪੱਤੇ ਤੋੜ ਲੈਣੇ ਹੈਗੇ ਜਾਂ ਟਾਹਣੀਆਂ ਤੋੜ ਲੈਣੀਆਂ ਨੇ ਇਸ ਤਰ੍ਹਾਂ, ਅਤੇ ਉਹਨਾਂ ਨੂੰ ਜਿਹੜਾ ਤੁਸੀਂ ਇਸ ਤਰ੍ਹਾਂ ਪੁੱਠਾ ਬੰਨ ਦੇਣਾ ਜੀ, ਪੁੱਠਾ ਬੰਨ ਦੇਣਾ, 3-4 ਦਿਨਾਂ ਦੇ ਵਿੱਚ ਜਿਹੜੇ ਸੁੱਕਣੇ ਸ਼ੁਰੂ ਹੋ ਜਾਂਦੇ ਆ, ਆਪੇ ਝੜਨੇ ਸ਼ੁਰੂ ਹੋ ਜਾਂਦੇ ਆ, ਥੱਲੇ ਕੋਈ ਕੱਪੜਾ ਵਿਛਾ ਦਿਓ, ਜਦੋਂ ਉਹਦੇ ਉੱਪਰ ਝੜ ਜਾਣਗੇ ਉਸ ਤੋਂ ਬਾਅਦ ਇਹਨਾਂ ਦਾ ਤੁਸੀਂ ਪਾਊਡਰ ਬਣਾ ਕੇ ਵੀ ਰੱਖ ਸਕਦੇ ਹੋਗੇ, ਇਹਨਾਂ ਨੂੰ ਥੋੜ੍ਹਾ ਜਿਹਾ ਕ੍ਰਸ਼ ਕਰਕੇ ਜਿਹੜਾ ਰੱਖ ਸਕਦੇ ਹੋਗੇ ਹਰੇਕ ਸਬਜ਼ੀ ਦੇ ਵਿੱਚ। ਅਤੇ ਵੈਸੇ ਵੀ ਸਵੇਰੇ ਵੇਲੇ ਜਿਹੜਾ ਇਹਦਾ ਪਾਊਡਰ ਦਾ ਤੁਸੀਂ 1/2 ਚਮਚਾ ਜਿਹੜਾ ਲੈ ਸਕਦੇ ਹੋਗੇ, ਉਹਦੇ ਨਾਲ ਜਿਹੜਾ ਆਪਾਂ ਸਮੱਸਿਆਵਾਂ ਤੁਹਾਨੂੰ ਦੱਸੀਆਂ ਗਈਆਂ ਜਿਵੇਂ ਚਮੜੀ ਸੰਬੰਧੀ ਕੋਈ ਸਮੱਸਿਆ ਗਈ, ਵਾਲਾਂ ਦੀ ਸਿਹਤ ਹੋਊਗੀ, ਅਤੇ ਜਿਹੜੀ ਤੁਹਾਡੇ ਹਾਜ਼ਮੇ ਦਾ ਜਾਂ ਡਾਈਜੈਸ਼ਨ ਸਿਸਟਮ ਦਾ ਆਪਾਂ ਗੱਲ ਕਰ ਲਈਏ, ਉਹਨੂੰ ਵੀ ਜਿਹੜਾ ਇਹ ਤੰਦਰੁਸਤ ਬਣਾ ਦਿੰਦਾ ਹੈਗਾ। ਆਮ ਤੌਰ 'ਤੇ ਅਸੀਂ ਜਿਹੜਾ ਸਵੇਰ ਵੇਲੇ ਖੇਤ ਦੇ ਗੇੜੇ ਦੌਰਾਨ ਇਹਦੇ 3-4 ਪੱਤੇ ਖਾ ਲਈਦੇ ਆ, ਅਤੇ ਉਹ ਰੋਟੀ ਤੋਂ ਬਾਅਦ ਜਿਹੜਾ ਪਤਾ ਵੀ ਲੱਗਦਾ ਕਿ ਜਿਹੜੀ ਡਾਈਜੈਸ਼ਨ ਆ ਥੋੜ੍ਹੀ ਜਿਹੀ ਉਹ ਆਮ ਦਿਨਾਂ ਨਾਲੋਂ ਫਾਸਟ ਹੁੰਦੀ ਹੈਗੀ। ਅਤੇ ਦਿੱਤੀ ਗਈ ਜਾਣਕਾਰੀ ਵਿੱਚੋਂ ਜੇਕਰ ਕੋਈ ਚੀਜ਼ ਮਿਸ ਹੋ ਗਈ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੇ ਹਾਂਗੇ, ਕਮੈਂਟ ਕਰਕੇ ਪੁੱਛ ਸਕਦੇ ਹੋ, ਸਾਨੂੰ ਫੋਨ ਕਰ ਸਕਦੇ ਹੋਗੇ, ਸਾਡੇ ਵਟਸਐਪ ਗਰੁੱਪ ਨਾਲ ਜੁੜਨ ਲਈ ਸਾਨੂੰ ਮੈਸੇਜ ਕਰ ਸਕਦੇ ਹੋ ਤੁਸੀਂ। ਵਟਸਐਪ ਗਰੁੱਪ ਦੇ ਵਿੱਚ ਥੋੜ੍ਹੀ ਜਿਹੀ ਆਸਾਨੀ ਹੋ ਜਾਂਦੀ ਹੈ, ਕਈ ਵਾਰ ਜਿਹੜੀਆਂ ਇਹਨਾਂ ਪਲੇਟਫਾਰਮ ਦੇ ਉੱਤੇ ਵੀਡੀਓ ਮਿਸ ਹੋ ਜਾਂਦੀਆਂ ਨੇ, ਪਰ ਵਟਸਐਪ ਦੇ ਉੱਪਰ ਤੁਸੀਂ ਸਵਾਲ ਆਸਾਨੀ ਨਾਲ ਕਰ ਸਕਦੇ ਹੋ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉੱਥੇ ਹਰ ਇੱਕ ਸਵਾਲ ਦਾ ਜਿਹੜਾ ਜਵਾਬ ਦੇਈਏ। ਵੈਸੇ ਤਾਂ ਅਸੀਂ ਕਮੈਂਟਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ, ਪਰ ਕਈ ਵਾਰ ਜਿਹੜਾ ਕਮੈਂਟ ਜ਼ਿਆਦਾ ਹੋ ਜਾਂਦੇ ਆ ਤਾਂ ਉਹ ਜਿਹੜੇ ਜਵਾਬ ਦੇਣ ਤੋਂ ਅਸੀਂ ਥੋੜ੍ਹਾ ਜਿਹਾ ਅਸਮਰਥ ਹੋ ਜਾਂਦੇ ਹਾਂਗੇ। ਇਸ ਲਈ ਜਿਹੜੇ ਵੀਰਾਂ ਦੇ ਅਸੀਂ ਕਮੈਂਟਾਂ ਦੇ ਜਵਾਬ ਨਹੀਂ ਦੇ ਸਕਦੇ, ਉਹਨਾਂ ਤੋਂ ਹੱਥ ਜੋੜ ਕੇ ਜਿਹੜੀ ਮਾਫੀ ਮੰਗਦੇ ਹਾਂ। ਅਤੇ ਤੁਸੀਂ ਆਪਣਾ ਨੰਬਰ ਸਾਡੇ ਨਾਲ ਸਾਂਝਾ ਕਰਕੇ ਅਤੇ ਵਟਸਐਪ ਗਰੁੱਪ ਵਿੱਚ ਜਿਹੜੇ ਐਡ ਹੋ ਸਕਦੇ ਹੋਗੇ, ਪਹਿਲਾਂ ਵੀ ਕਾਫੀ ਵੀਰ ਜਿਹੜੇ ਉਸ ਗਰੁੱਪ ਵਿੱਚ ਐਡ ਨੇਗੇ, ਅਤੇ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਅਸੀਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਧੰਨਵਾਦ ਜੀ।